ਕਿ ਗੱਲ ਹੋ ਗਈ ਭਾਜੀ? ਮੈਂ ਪਤਾ ਇੱਥੇ ਕਿਉਂ ਖੜਾ, ਕਿਉਂਕਿ ਮੈਂ ਵੀ ਛੱਡਾਂ ਜੀ। ਤੇ ਇੱਥੇ ਤਾਂ ਖੁਸ਼ ਹੋਣ ਵਾਲੀ ਗੱਲ ਆ, ਤੂੰ ਟੈਨਸ਼ਨ ਕਾਹਦੀ ਲਈ? ਨਹੀਂ ਜੀ ਜੀ, ਮੇਰਾ ਅੱਜ ਵਿਆਹ ਸੀ ਜੀ, ਤੇ ਮੈਂ ਤੂੰ ਬਚ ਗਿਆ ਫਿਰ ਤਾਂ ਤੂੰ? ਨਹੀਂ, ਮੇਰਾ ਅੱਜ ਵਿਆਹ ਸੀ। ਤੂੰ ਮੰਨ ਗੱਲ ਮੇਰੀ, ਬਚ ਗਿਆ ਤਾਂ ਡਾਇਲੋਗ ਬੋਲ। ਹਾਂਜੀ, ਮੇਰਾ ਅੱਜ ਵਿਆਹ ਸੀ ਜੀ, ਤੇ ਮੈਂ ਉੱਥੇ ਫਿਰ ਤੋਂ ਪਹਿਲਾਂ ਚਾਈਨੀ ਗਾਣਾ ਗਾ ਬੈਠਾ ਜੀ। ਕਿਹੜਾ? ਛੱਡੇ ਰਹਿ ਕੇ ਦੇਖੋ ਨਜ਼ਾਰੇ ਬੜੇ ਹੋਏ ਜੀ। ਅੱਛਾ ਜੀ, ਕੁੜੀ ਵਾਲੇ ਕਹਿੰਦੇ ਤੂੰ ਫਿਰ ਨਜ਼ਾਰੇ ਹੀ ਲੈ, ਕੁੜੀ ਕਿਤੇ ਹੋਰ ਵਿਆਹ ਲਾ ਗਏ। ਪਰ ਤੂੰ ਫਿਰ ਲੈ ਨਜ਼ਾਰੇ ਰੋਂਦਾ ਖਾਤੇ? ਨਹੀਂ ਜੀ, ਉਹ ਬੜੀ ਸੋਹਣੀ ਸੀ ਜੀ, ਨਹੀਂ ਮਿਲਣੀ ਜੀ ਉਹ ਜੀ। ਮੈਂ ਕਹਿੰਦਾ ਬਾਅਦ 'ਚ ਜਿੰਨਾ ਬਚ ਸਕਦਾ ਵੈਸੇ, ਬਾਕੀ ਤੇਰੀ ਮਰਜ਼ੀ ਹੈ, ਪਹਿਲਾਂ ਪਹਿਲਾਂ ਠੀਕ ਹੀ ਲੱਗਦੀ ਉਹਨੂੰ। ਤੂੰ ਨਜ਼ਾਰੇ ਲੈ, ਹੁਣ ਤੂੰ ਟੈਨਸ਼ਨ 'ਚ ਕਿਉਂ ਆ? ਨਹੀਂ ਪੁੱਤਰ, ਤੈਨੂੰ ਮੈਂ ਦਿੰਦਾ ਨਜ਼ਾਰੇ, ਠਾਕ ਬੜਾ ਇੱਥੇ ਰੱਖੂ। ਕੀ ਲੈਣਾ ਤੂੰ ਨਜ਼ਾ? ਇੱਕ ਸੈਕਿੰਡ, ਇਹ ਤੇ ਨੀਰੂ ਬਾਜਵਾ ਜੀ ਨੀ? ਓ ਤੂੰ ਨੀਰੂ ਬਾਜਵਾ ਜੀ ਨੂੰ ਤੰਗ ਕਰ ਰਹੇ ਇੱਥੇ ਆ ਕੇ? ਓ ਤੂੰ ਨੀਰੂ ਬਾ ਕਹਿੰਦੇ ਕਰ ਲੋ। ਜੈ ਹਿੰਦ ਸਰ। ਸਰ ਇੰਸਪੈਕਟਰ ਪਾਲਿੰਗ ਰਿਪੋਰਟਿੰਗ ਸਰ। ਜੈ ਹਿੰਦ ਜਨਾਬ, ਜੈ ਹਿੰਦ ਸਰ। ਕਿਦਾਂ? ਨਹੀਂ ਸਰ ਜਨਾਬ, ਤੁਸੀਂ ਉਹ ਸਰ ਸਾਡੇ ਜੱਟ ਐਂਡ ਜੂਲੀਅਟ ਟਾਈਮ ਤੇ ਮੈਂ ਤੁਹਾਡਾ ਜੂਨੀਅਰ ਰਿਹਾ ਸਰ। ਨਹੀਂ ਨਹੀਂ ਸਰ, ਇਹ ਜਿਹੜੀ ਵਰਦੀ ਹੈ ਨਾ ਜੀ, ਇਸ ਵਰਦੀ ਨੂੰ ਸਲੂਟ ਹੈ। ਥੈਂਕ ਯੂ ਸੋ ਮਚ ਸਰ। ਇਹ ਵਰਦੀ ਨੂੰ ਦੇਖਦੇ ਹੀ ਬੰਦੇ ਦੇ ਸਲੂਟ ਨਿਕਲਦੇ ਆ। ਜੀ 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 ਸਰ, ਮੈਂ ਜੂਨੀਅਰ ਸੀ ਤੁਹਾਡਾ, ਉਸ ਤੋਂ ਬਾਅਦ ਤੁਹਾਡੀ ਪਟਿਆਲੇ ਪੋਸਟਿੰਗ ਹੋ ਗਈ। ਓ ਅਰਜਨ ਪਟਿਆਲਾ? ਓ ਯੈਸ ਮਾਨ। ਹਾਂਜੀ ਹਾਂਜੀ। ਤੇ ਸਰ ਤੂੰ ਇਹਨਾਂ ਨੂੰ ਤਾਂ ਸੁਪਰ ਸਟਾਰਸ ਨੂੰ ਤੰਗ ਕਰ ਰਿਹਾ? ਤਾਂ ਨਹੀਂ ਕੀਤਾ ਜੀ, ਮੈਂ ਨਹੀਂ ਕੀਤਾ ਜੀ। ਤਾਂ ਮੇਰੀ ਉਹ ਨਿੱਕੀ ਸੀਮੈਂਟ ਦੀ ਬੋਰੀ ਹੈ, ਤੂੰ ਲੈਣ ਕੀ ਆਇਆ ਇੱਥੇ? ਉਹ ਕੀ ਕਰਨਾ ਹੈ ਤੂੰ? ਉਹ ਇੰਨੇ ਵੱਡੇ ਸਟਾਰਾਂ ਨੂੰ ਤੰਗ ਕਰ ਕੀ ਪ੍ਰੋਬਲਮ ਸਾਹਿਬ? ਸੇਰਾ ਲਾਇਆ ਵਿਆਹ ਸੀ ਜੀ, ਉਹ ਤੂੰ ਸੇਰਾ ਲਾਇਆ? ਇਹ ਵੀ ਗੰਦਾ ਵਿਚਾਰੇ। ਮੈਂ ਭਾਜੀ ਸਰ, ਮੈਂ ਬਹਿ ਸਕਦਾ ਜਨਾਬ? ਮੁਬਾਰਕਾਂ ਇਹ ਭਾਵੇਂ ਜੋ ਮਰਜ਼ੀ ਕਰੇ, ਐਡਾ ਗੰਦਾ ਬੰਦਾ ਨਾ, ਮੈਂ ਤੁਹਾਨੂੰ ਦੱਸਾਂ ਤੁਸੀਂ ਇਹਦੇ ਅਥਰੂਆਂ ਤੇ ਬਿਲਕੁਲ ਨਹੀਂ ਜਾਇਓ। ਇੱਕ ਕ੍ਰੋਕੋਡਾਈਲ ਆਸੂ ਹੈ? ਹਾਂਜੀ ਬਿਲਕੁਲ ਕ੍ਰੋਕੋਡਾਈਲ ਆਸੂ ਹੈ, ਇਹ ਆਪ ਹੀ ਕਛੂ ਹੈ ਰਗਾ, ਬਾਕੀ ਆਸੂ ਕ੍ਰੋਕੋਡਾਈਲ ਵਾਲੇ ਹੀ ਹੈ। ਅਸਲ ਨਾ ਮੈਂ ਝੂਠ ਨਹੀਂ ਮਾਰ ਰਿਹਾ, ਤੁਸੀਂ ਯਕੀਨ ਮੰਨੋਗੇ ਮੇਰੇ ਪੂਰੇ ਮਜ਼ਾਕਪੁਰ ਥਾਣੇ ਦੇ ਵਿੱਚ ਇਹ ਬੰਦਾ ਸਭ ਤੋਂ ਵੱਡਾ ਕ੍ਰਿਮੀਨਲ ਹੈ। ਓ ਮਾਈ ਗੋਡ, ਹਾਈਟ ਦੇਖੋ ਤੇ ਹੈ ਸਭ ਤੋਂ ਵੱਡਾ ਕ੍ਰਿਮੀਨਲ। ਇਹ ਦੱਸੋ ਇਹ ਬੰਦਾ ਐਸਾ ਜੈਸਾ ਨੇ ਕੁੜਤਾ ਪਾਇਆ ਕੀ? ਤੁਹਾਨੂੰ ਨਹੀਂ ਪਤਾ ਜੀ ਮੇਰੇ? ਹਾਂ ਮੈਨੂੰ ਕਿੱਥੇ ਪਤਾ ਪੁੱਤਰ, ਸਾਰਾ ਤੇ ਤੈਨੂੰ ਪਤਾ, ਬੱਕਰੀ ਬੁੱਕ ਕੀਤੀ ਹੋਈ ਸੀ ਭਲਾ ਘੋੜੀ ਤੇ ਚੜ੍ਹਨ ਵਾਲਾ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਬੱਕਰੀ ਬੁੱਕ ਕਰਕੇ ਕਹਿੰਦਾ ਘੋੜੀ ਏਡਾ ਬਦਤਮੀਜ਼ ਆ ਭਾਜੀ, ਮੈਂ ਜਦੋਂ ਇਹਨੂੰ ਫਸਟ ਟਾਈਮ ਅਰੈਸਟ ਕੀਤਾ ਨਾ ਜੀ, ਇਸ ਬੰਦੇ ਨੇ ਐਸੀ ਘਟੀਆ ਹਰਕਤ ਕੀਤੀ, ਵੱਡੇ ਪੱਥਰਾਂ ਨੂੰ ਹਰਾ ਰੰਗ ਕਰਕੇ ਦੁਹਾਣੇ ਬਣਾ ਬਣਾ ਵਿੱਚ, ਉਸ ਤੋਂ ਬਾਅਦ ਇਹਨੂੰ ਮੈਂ ਅਰੈਸਟ ਕੀਤਾ ਭਾਜੀ। ਇਹ ਤਾਂ ਬਹੁਤ ਵੱਡਾ ਜੁਰਮ ਹੈ, ਛੱਡਦਾ ਹੀ ਨਹੀਂ ਭਾਜੀ। ਭਾਜੀ ਸਰ ਜੀ, ਤੁਹਾਡੀ ਆਵਾਜ਼ ਕਿਉਂ ਅੱਜ ਬੈਠੀ ਹੈ ਜੀ? ਉਹ ਬੇਟਾ ਆਵਾਜ਼ ਕੱਲੀ ਆਵਾਜ਼ ਵਿੱਚ ਮੈਂ ਨਹੀਂ ਬੈਠਾ ਹੈ, ਉਹ ਪੁੱਤਰ ਰਾਤੀ ਮੈਨੂੰ ਥੋੜ੍ਹੇ ਜਿਹੇ ਬੰਦੇ ਪੈ ਗਏ ਸੀ, ਅੱਗੇ ਅਸੀਂ ਬੰਦਿਆਂ ਨੂੰ ਪਹਿਲੇ ਰਾਤੀ ਮੈਨੂੰ ਬੰਦੇ ਪੈ ਗਏ, ਮੈਂ ਬੜੀ ਜ਼ੋਰ ਦੇ ਉਹਦੀ ਆਵਾਜ਼ਾਂ ਮਾਰੀਆਂ, ਬਚਾਓ ਬਚਾਓ ਬਚਾਓ, ਕਿਸੇ ਨੇ ਨਹੀਂ ਸੁਣੀਆ, ਗਲਾ ਮੇਰਾ ਬਹਿ ਗਿਆ। ਉਸ ਤੋਂ ਬਾਅਦ ਮੇਰਾ ਬਚਾਓ ਬਚਾਓ ਵੀ ਮਾਰੋ ਮਾਰੋ ਚ ਬਦਲ ਗਿਆ ਭਾਜੀ। ਓ ਮਾਈ ਗੋਡ, ਨਹੀਂ ਮਾਰਦੇ ਨੇ ਹੁਣ ਵਿੱਚ ਬਕਵਾਸ ਸਿੰਘ ਨੇ ਮੈਨੂੰ ਫਿਲਮ ਬਾਰੇ ਗੱਲ ਕਰਨ ਦੇ ਥੋੜ੍ਹੀ ਜੀ ਭਾਜੀ। ਯੈਸ ਸਰ, ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈ ਜੀ ਮੇਰਾ, ਸਵਾਲ ਇਹ ਹੈ ਕਿ ਨਿਊ ਮੈਨ ਦੇ ਨਾਲ ਤੁਸੀਂ ਜੱਟ ਐਂਡ ਜੂਲੀਅਟ 1 ਤੇ 2 ਕੀਤੀ ਜੀ, ਤੇ ਇੱਕ ਬਹੁਤ ਵੱਡਾ ਗੈਪ ਆਇਆ ਵਿੱਚ। ਨਹੀਂ ਸਰਦਾਰ ਜੀ ਵੀ ਕੀਤੀ ਸੀ? ਸਰਦਾਰ ਜੀ ਵੀ ਕੀਤੀ ਸੀ? ਹਾਂਜੀ ਹਾਂਜੀ ਸਰਦਾਰ, ਮੇਰੀ ਨੌਲੇਜ ਕਿਉਂ ਘੱਟ ਗਈ ਹੋਏ ਪੁੱਤਰ, ਨੌਲੇਜ ਮੇਰੀ ਕੱਟੀ ਪੈਣੀ ਹੈ ਤੇਰੇ ਹੀ, ਯਾਦ ਰੱਖੀ। ਹਾਂਜੀ ਉਹ ਵੀ ਤੁਸੀਂ ਕੀਤੀ, ਉਸ ਤੋਂ ਬਾਅਦ ਇੱਕ ਗੈਪ ਆਇਆ ਭਾਜੀ, ਕਿਉਂਕਿ ਔਨ ਸਕਰੀਨ ਲੋਕ ਤੁਹਾਡੀ ਕੈਮਿਸਟਰੀ ਨੂੰ ਬਹੁਤ ਪਿਆਰ ਕਰਦੇ ਜੀ, ਤਾਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ, ਦੇਖਣਾ ਚਾਹੁੰਦੇ ਨੇ। ਧੰਨਵਾਦ। ਤੇ ਇੰਨਾ ਵੱਡਾ ਗੈਪ ਕਿਉਂ ਪਾਉਂਦੇ ਹੋ ਭਾਜੀ ਤੁਸੀਂ? ਆਡੀਅੰਸ ਦੀ ਵੀ ਸਮਝਿਆ ਤੁਸੀਂ? ਮੈਂ ਮਾਫੀ ਚਾਹੁੰਦਾ ਜੀ ਤੁਹਾਡੇ ਤੋਂ ਵੀ ਤੇ ਆਡੀਅੰਸ ਤੋਂ ਵੀ, ਬਟ ਆਈ ਥਿੰਕ ਜਿਹੜੀ ਆ ਹੁਣ ਫਿਲਮ ਆ ਰਹੀ ਹੈ 21 ਜੂਨ ਨੂੰ, ਇਹ ਜਿਹੜਾ ਗੈਪ ਜਾਂ ਜਿਹੜਾ ਆਡੀਅੰਸ ਨੇ, ਮੈਨੂੰ ਵੀ ਮੇਲ ਮੈਸੇਜ ਆਉਂਦੀਆਂ ਨੀਰੂ ਜੀ ਵੀ ਆਉਂਦੀਆਂ ਓਬਵੀਅਸਲੀ, ਬਟ ਇਹ ਜਿਹੜਾ 21 ਤਰੀਕ ਹੈ, ਮੈਨੂੰ ਲੱਗਦਾ ਇਹ ਸਾਰੇ ਜਿਹੜੇ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰੂੰਗੇ 100%। ਇੱਦਾਂ ਨਹੀਂ ਕਿ ਜੇ ਗੈਪ ਪਿਆ ਤਾਂ ਮਤਲਬ ਆਹ ਕੀ ਬਣਾਤਾ ਕੀ ਲੋੜ ਸੀ, ਪੂਰੀ ਤਸੱਲੀ ਨਾਲ ਪੂਰੀ ਮਿਹਨਤ ਦੇ ਨਾਲ ਸਾਡੀ ਪੂਰੀ ਟੀਮ ਨੇ, ਚਾਹੇ ਉਹ ਸਾਡੇ
ਪ੍ਰੋਡਿਊਸਰਸ ਹੈ ਜੀ, ਇਹ ਐਡਵਾਈਜ਼ਰ ਅਤੁਲ ਭੱਲਾ ਜੀ, ਜੀ ਜੀ ਭੱਲਾ ਜੀ ਇੱਥੇ ਨੇ ਸਾਡੇ ਨਾਲ ਹੀ ਨੇ ਸਾਰੇ, ਲਿੰਡਾ ਲਿਸਨ ਉਹ ਵੀ ਸਾਰੇ ਇੱਥੇ ਹੀ ਹੈ ਸਾਡੇ, ਅਤੇ ਚਾਹੇ ਬ੍ਰੈਡ ਫਿਲਮ ਤੋਂ ਅਨੁਰਾਗ ਭਾਅ ਜੀ ਹੋਣੀ ਜਾਂ ਸਾਡੇ ਜਿਹੜੇ ਡਾਇਰੈਕਟਰ ਹੈ ਜਗਦੀਪ ਭਾਅ ਜੀ ਹੋਣੀ, ਉਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ, ਬਾਕੀ ਟੀਮ ਨੇ ਸਾਰੀ ਨੇ ਮਿਹਨਤ ਕੀਤੀ ਹੈ, 100% ਮੇਰੀ ਇੱਕ ਗਰੰਟੀ ਹੈ ਤੁਹਾਨੂੰ ਸਪੈਸ਼ਲ ਤੁਹਾਨੂੰ ਹਾਂ ਲਵ ਯੂ ਹਾਂਜੀ, ਅਤੇ ਇੱਕ ਸਾਡੀ ਫਿਲਮ ਜਿਹੜੀ ਤੁਸੀਂ ਜੋ ਦੇਖੋਗੇ ਤੁਸੀਂ ਨਿਰਾਸ਼ ਨਹੀਂ ਹੋਵੋਗੇ, ਤੁਹਾਨੂੰ ਬਹੁਤ ਵਧੀਆ ਲੱਗੇ ਸਰ, ਇਹਦੀ ਗਰੰਟੀ ਤਾਂ ਤੁਸੀਂ ਲਓ ਨਾ, ਸੋਰੀ ਉਹ ਤਾਂ ਇਹਦੇ ਘਰ ਦੇ ਵੀ ਨਹੀਂ ਲੈਂਦੇ, ਸੋਰੀ ਸਰ, ਇਹ ਇੱਕ ਘੰਟਾ ਹੀ ਤੁਹਾਡੇ ਸਾਹਮਣੇ ਇੰਜ ਇੰਜ ਬਾਅਦ 'ਚ ਇਹਨੇ ਮੁੱਛਾਂ ਚਾੜਦੇ ਨੇ ਚੱਲ ਜਾਣਾ ਬਾਹਰ। ਅੱਛਾ ਹਾਂ ਸਰ, ਵੈਸੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ, ਮਤਲਬ ਤੁਹਾਨੂੰ ਕਹਿਣਾ ਚਾਹੁੰਦੀ ਸੀਗੀ, ਜਿੱਦਾਂ ਤੁਸੀਂ ਫਿਲਮ ਵਿੱਚ ਤਾਂ ਹਰ ਵਾਰੀ ਮੈਸੇਜ ਦਿੰਦੇ ਹੈਗੇ ਸਾਰਿਆਂ ਨੂੰ, ਇੱਕ ਅੱਧਾ ਪਰਸਨਲ ਵੀ ਕਰਦਾ ਕਰੋ ਸਰ, ਕਿਉਂ ਮੇਰੇ ਡਿਪਾਰਟਮੈਂਟ ਦੀ ਬੇਇੱਜ਼ਤੀ ਕਰਾਉਣ ਦੀ? ਹਾਂ ਸਰ, ਅੱਗੇ ਬਟੀ ਜਿੱਦਾਂ ਕੀ ਨਾ ਟਵਿੱਟਰ ਦੀ ਚਿੜੀ ਵਰਗਾ ਤੇਰਾ ਮੂੰਹ ਹੈ, ਤੈਨੂੰ ਮੈਸੇਜ ਕਰ ਦੇਣੋ, ਥੋੜੀ ਜਿਹੀ ਅਕਲ ਵਾਲੀ ਗੱਲ ਕਰ, ਮੈਂ ਬੇਟਾ ਨਾ ਕਰਿਆ ਕਰੋ ਇੰਜ ਤੰਗ। ਸਰ ਯੈਸ ਸਰ, ਸਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਸੀ, ਮੈਂ ਟ੍ਰੇਲਰ ਦੇਖਿਆ ਤੁਹਾਡੀ ਮੂਵੀ ਦਾ, ਯੈਸ ਸਰ, ਬੜਾ ਮਜ਼ਾ ਆਇਆ, ਯੈਸ ਸਰ, ਉਹ 'ਚ ਤੁਹਾਡੇ ਪਾਪਾ ਜੀ ਕਹਿ ਰਹੇ ਹੈ ਕਿ 48 ਕੁੱਕੜ ਸੀ ਤੁਹਾਡੇ ਕੋਲ, ਹਾਂਜੀ 8 ਰਹਿ ਗਏ, 8 ਰਹਿ ਗਏ ਜੀ, ਤੁਸੀਂ ਸਾਰੇ ਤੁਹਾਡੇ ਰਿਸ਼ਤੇਦਾਰਾਂ ਨੂੰ ਜਿਹੜੇ ਦੇਖਣ ਆਏ, ਜਿਹੜੇ ਮੈਨੂੰ ਦੇਖਣ ਆਉਂਦੇ ਸੀ ਉਹਨਾਂ ਨੂੰ ਖਵਾ ਦਿਓ, ਉਹ ਤਾਂ ਭਾਈ ਸਾਡੇ ਮਹੱਲੇ ਵੀ ਹੈਗਾ ਇੱਕ ਰਿਸ਼ਤਾ ਜੀ, ਕੌਣ ਤੁਸੀਂ? ਨਹੀਂ ਨਾ ਕਰ ਦਿਓ, ਡਿਨਰ ਦਾ ਪ੍ਰੋਗਰਾਮ ਤੇ ਬਣ ਜਾਏਗਾ ਕੁੱਕੜ ਵਾਲਾ ਸਾਡਾ ਜੀ, ਪੂਰਾ ਬਦਲਾ ਮਹਾਰਾਜ, ਪੂਰਾ ਪੂਰਾ ਬਦਲਾ ਹੋਇਆ, ਪੂਰਾ 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 ਬਹੁਤ ਚੰਗਾ ਵੇਖਿਆ ਜੀ। ਹੈ ਤੁਸੀਂ ਕੁਝ ਬੋਲੋ, ਮੈਂ ਨਾਰਾਜ਼ ਹੋ? ਨਹੀਂ ਜੀ, ਮੈਂ ਨਾਰਾਜ਼ ਨਹੀਂ ਹੋ, ਆਪਣਾ ਮੂਮੈਂਟ ਇਸ ਦਾ ਬਹੁਤ ਮਜ਼ਾ ਆਇਆ। That is the ਗੱਲ ਹੁੰਦੀ ਹੈ ਪਤਾ ਤੈਨੂੰ, ਸਾਡੇ ਘਰ ਨਾ 4G ਚੱਲਦਾ, ਨਾ 3G, ਨਾ 2G। ਹਾਏ ਦਿਲਜੀਤ, ਤੁਹਾਨੂੰ ਮੈਂ ਗੱਲ ਕਹਾਂ, ਆਈ ਲਵ ਯੂ ਜੀ, ਆਈ ਲਵ ਯੂ ਜੀ, ਮੈਂ ਪਸੰਦ ਤੁਹਾਨੂੰ ਕਰਦੀ, ਆਈ ਲਵ ਯੂ ਜੀ। ਸਾਰੀਆਂ ਬੋਰੀਆਂ ਨਿਕਲ ਜਾਣਾ, ਆਖਰੀ ਬੋਰੀ ਥੱਲੋਂ ਇਹੋ ਜਿਹੀ ਚੂਹੀ ਨਿਕਲਦੀ, ਤੁਸੀਂ ਇਹਨੂੰ ਕੰਮ ਦੇ ਦੇਣਾ, ਇਹਦੇ ਭੂਏ ਚੜ ਜਾਣਾ, ਇਹ ਤੇ ਵੈਸੇ ਕਿੱਦੇ ਕੋਟੇ ਚ ਭਰਤੀ ਹੋਈ ਹੈ ਭਾਜੀ। ਸੌਰੀ ਸੌਰੀ ਸੌਰੀ, ਤੁਹਾਨੂੰ ਇਸ ਗੱਲ ਦਾ ਪਤਾ, ਜਦੋਂ ਫਿਲਮ ਦੇ ਆਡੀਸ਼ਨਸ ਹੋਏ ਨਾ, ਕੈਲੀ ਦਾ ਰੋਲ ਪਹਿਲਾਂ ਮੈਂ ਹੀ ਕਰਨ ਵਾਲੀ ਸੀਗੀ, ਕੈਲੀ ਦਾ ਰੋਲ ਮੈਂ ਕਰਨ ਵਾਲੀ ਸੀਗੀ ਪਹਿਲਾਂ ਸਰ। ਬਾਕੀ ਤੂੰ ਕਰਦੀ ਨਾ ਤੇ ਮਜ਼ਾ ਆ ਜਾਣਾ ਸੀ ਤੇਰੀ ਚਲਦੀ ਧੋਣ ਨੂੰ ਏਦਾਂ ਘੁਮਾਉਣ ਤੇ। ਹਾਏ, ਤਾਂ ਸਾਡਾ ਵਿਆਹ ਹੁੰਦਾ ਫਿਰ, ਉਹ ਜਿਹੜਾ ਸਾਡਾ ਮੁੰਡਾ ਨਾ ਫਿਰ ਸਰ ਸਾਡਾ ਹੁੰਦਾ। ਓਏ ਹੋਏ, ਇਹ ਮੁੰਡਾ ਤੂੰ ਧਾਰ ਦੇਖ ਕੇ ਸਿਲੈਕਟ ਕੀਤਾ? ਉਹ ਕਹਿੰਦੇ ਧਾਰ ਬਹੁਤ ਦੂਰ ਮਾਰੀ, ਮੈਂ ਟ੍ਰੇਲਰ 'ਚ ਦੇਖੀ, ਏਦਾਂ ਦੀ ਚੀਜ਼ ਨਹੀਂ ਕਰਨੀ ਗੱਲ। ਨਹੀਂ, ਕਮ ਸੇ ਕਮ ਪੰਜਾਬੀ ਫਿਲਮ ਦੇ ਵਿੱਚ ਤਾਂ ਆਮ ਲੱਕੀ ਕਿ 100% ਕੰਟਰੋਲ ਜਿਹੜਾ ਆ ਉਹ ਆਪਣੇ ਕੋਲ ਸਾਰੀ ਟੀਮ ਕੋਲ ਹੁੰਦਾ, ਸੋ ਇੱਦਾਂ ਨਹੀਂ ਹੁੰਦਾ ਕਿ ਕੋਈ ਵੀ ਗਾਣਾ ਬਣ ਗਿਆ, ਇੱਦਾਂ ਨਹੀਂ ਹੁੰਦਾ ਕਿ ਮੈਂ ਕਿਹਾ ਕਿ ਇਹੀ ਗਾਣਾ ਰੱਖਣਾ ਉਹ ਰੱਖਿਆ ਜਾਂਦਾ, ਇੱਦਾਂ ਨਹੀਂ, ਸਾਰੀ ਟੀਮ ਜਿਹੜੀ ਆ ਉਹ ਇਨਵੋਲਵ ਹੁੰਦੀ ਆ। ਹਾਂ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਯਾਰ, ਪੁੱਤਰ ਜਿੱਦਾਂ ਤੇਰਾ ਕੱਦ ਆ ਤੇਰੀ ਇੱਕੋ ਹੀ ਬਣਦੀ ਆ, ਤੁਸੀਂ ਤੇ ਵੇਲਾ ਬੰਦਾ, ਮੈਂ ਵੀ ਖੜਾ ਹੀ ਬੰਦਾ ਨਾ ਕਹਿ, ਡੋਂਟ ਬੇਟਾ, ਬੰਦਾ ਨਾ ਕਹਿ, ਬੰਦਾ ਨਾ ਕਹਿ ਮੇਰੇ ਬੱਚਾ, ਨਾ ਕਹਿ ਨਾ ਕਹਿ, ਮੈਂ ਵੀ ਚੜਾ ਹੀ। ਹਾਂ ਤੇ ਕੀ ਕਰ, ਮੈਂ ਵੀ ਚੜਾ ਹੀ। ਹਾਂ ਤੇ ਇੱਕ ਬੰਦੇ ਨੂੰ ਪ੍ਰੀ ਟਿਕਟ ਛੜੇ ਦੀ ਮੈਂ ਸਕਦੀ ਆ ਜੀ? ਦੇਖੋ ਜੀ, ਟਿਕਟਾਂ ਮਿਲਣਗੀਆਂ ਦੋ, ਕਿਉਂਕਿ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ।
ਆਈ ਸੀ ਤੁਹਾਡਾ ਤੇ ਨੈਕਸਟ ਕੁਐਸਚਨ ਇੱਥੇ ਕਰ ਲੈਣੇ ਆ ਬੜਾ ਅੱਛਾ ਸਲੋਗਨ ਹੈ ਆਈ ਲਵ ਇਟ ਸਲੋਗਨ ਯੈਸ ਯੈਸ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ ਜਿਹੜਾ ਭਾਜੀ ਕਰਾਵੇ ਉਹ ਤੇ ਚਲੋ ਕੁੱਤਾ ਹੋਵੇ ਇਹਨਾਂ ਨੇ ਕਰਾ ਲਿਆ ਭਾਜੀ ਨਹੀਂ ਕੋਈ ਹੁਣ ਵਾਲੀ ਕੀ ਕੋਈ ਨਹੀਂ ਨਹੀਂ ਕੋਈ ਐਸੀ ਗੱਲ ਕੀ ਫੀਲਿੰਗ ਲੈ ਕੇ ਨਹੀਂ 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 ਕੋਈ ਐਸੀ ਗੱਲ ਨਹੀਂ ਐਕਚੁਅਲੀ ਇਹ ਫਿਲਮ ਦਾ ਚਲੋ ਕਿਉਂਕਿ ਸੁਣਨ ਨੂੰ ਵਧੀਆ ਲੱਗਦਾ ਅਤੇ ਥੋੜ੍ਹਾ ਸ਼ਰਾਰਤੀ ਇਸ ਕਰਕੇ ਇਹ ਸਲੋਗਨ ਰੱਖ ਲਿਆ ਪਰ ਅਦਰਵਾਈਜ਼ ਜਿਨ੍ਹਾਂ ਦੇ ਵਿਆਹ ਹੋਏ ਆ ਜਿਨ੍ਹਾਂ ਦੇ ਵਿਆਹ ਹਾਲੇ ਨਹੀਂ ਹੋਏ ਜਾਂ ਜਿਹੜੇ ਕਰਾਉਣਾ ਚਾਹੁੰਦੇ ਆ ਜਾਂ ਜਿਹੜੇ ਆਪਣੇ ਮਨੀ ਮਨ ਹੋ ਨਹੀਂ ਰਿਹਾ ਚਲੋ ਕਿਸੇ ਵੀ ਤਰੀਕੇ ਨਾਲ ਲਾ ਕਈ ਕਰਾਉਣਾ ਚਾਹੁੰਦੇ ਆ ਕਈਆਂ ਦਾ ਹੋ ਨਹੀਂ ਰਿਹਾ ਉਹਨਾਂ ਸਾਰਿਆਂ ਲਈ ਇਹ ਫਿਲਮ ਹੈ ਸਾਰੇ ਜਾ ਕੇ ਫਿਲਮ ਦੇਖੋਗੇ ਤਾਂ ਨੀਰੂ ਜੀ ਨੇ ਇੱਕ ਬਹੁਤ ਹੀ ਪਿਆਰਾ ਮੈਸੇਜ ਦਿੱਤਾ ਇਸ ਫਿਲਮ ਦੇ ਐਂਡ ਦੇ ਵਿੱਚ ਵਾਹ ਜੀ ਵਾਹ ਮੈਮ ਤਾਂ ਆਲਵੇਜ਼ ਬਹੁਤ ਵਧੀਆ ਮੈਸੇਜ ਦੇ ਸਾਰੀਆਂ ਫਿਲਮਾਂ ਦੇ ਵਿੱਚ ਹੀ ਕੁਛ ਨਾ ਕੁਛ ਮੈਸੇਜ ਛੱਡ ਕੇ ਜਾਂਦੇ ਨੇ ਬਹੁਤ ਮਜ਼ਾ ਆਉਂਦਾ ਭਾਈ ਤੁਹਾਡਾ ਕੰਮ ਕਈ ਵਾਰੀ ਵਿੱਚੋਂ ਵੀ ਛੱਡ ਕੇ ਚਲੇ ਜਾਂਦੇ ਨੇ ਦੋ ਦੋ ਫਿਲਮਾਂ ਫੜੀਆਂ ਤਾਂ ਬੰਦਾ ਨਿਕਲ ਜਾਂਦਾ ਨਹੀਂ ਇਦਾਂ ਨਹੀਂ ਜਿਸ ਹਿਸਾਬ ਨਾਲ ਨੀਰੂ ਜੀ ਇਸ ਵਕਤ ਆਪਾਂ ਤੰਗ ਕਰ ਰਹੇ ਨੀਰੂ ਜੀ ਨੂੰ ਮੈਂ ਮੇਰਾ ਕੁਐਸਚਨ ਤੰਗ ਕਰਨ ਦਾ ਹੀ ਅਗਲਾ ਪੁੱਛੋ ਸਰ ਜਿਸ ਤਰ੍ਹਾਂ ਭਾਜੀ ਫਸਟ 2 ਦੇ ਵਿੱਚ ਦੇਖਿਆ ਸੀ ਕਿ ਪੂਰਾ ਦਮ ਤੰਗ ਕਰ ਰਿਹਾ ਔਨ ਸੈਟ ਕਿਦਾਂ ਭਾਜੀ ਪ੍ਰੈਂਕ ਰੂਮ ਕਰਦੇ ਨੇ ਜਾਂ ਰਿਜ਼ਰਵ ਰਹਿੰਦੇ ਚੁੱਪ ਰਹਿੰਦੇ ਨੇ ਨਹੀਂ ਕੋਈ ਪ੍ਰੈਂਕ ਨਹੀਂ ਕਰਦੇ ਐਂਡ ਬਹੁਤ ਹੀ ਪ੍ਰੋਫੈਸ਼ਨਲ ਨੇ ਐਂਡ ਯਾ ਜ਼ਿਆਦਾ ਤੋਂ ਸ਼ਾਂਤੀ ਰਹਿੰਦੇ ਆ ਅਸੀਂ ਇੱਧਰ ਕਿਉਂ ਨਹੀਂ ਇਹਨੇ ਸੀਰੀਅਸ ਸ਼ਾਂਤ ਕਿਉਂ ਨਹੀਂ ਸੀਰੀਅਸ ਗੱਲ ਸੁਣ ਕੇ ਮੈਂ ਸੀਰੀਅਸ ਹੋ ਗਿਆ ਭਾਜੀ ਮੈਂ ਗਲੂਕੋਸ ਨਾਲ ਲੈ ਕੇ ਆਇਆ ਮੈਨੂੰ ਪਤਾ ਸੀ ਸ਼ਾਇਦ ਇੱਧਰ ਦੀ ਕੋਈ ਗੱਲ ਹੋ ਜਾਵੇ ਇੰਨਾ ਭਾਜੀ ਮਤਲਬ ਅੱਛਾ ਮੈਨੂੰ ਲੱਗ ਗਿਆ ਪਤਾ ਤੁਸੀਂ ਵਰਕਆਊਟ ਕਰਦੇ ਹੋ ਆਪਣੀ ਸਕ੍ਰਿਪਟ ਤੇ ਆਪਣੇ ਸੀਨ ਦੇ ਉੱਤੇ ਇਸ ਕਰਕੇ ਸ਼ਾਂਤ ਰਹਿੰਦੇ ਨਹੀਂ ਵਰਕਆਊਟ ਤਾਂ ਮੈਂ ਵੈਸੇ ਹੀ ਬਹੁਤ ਘੱਟ ਕਰਦਾ ਤੇ ਪਰ ਅਦਰਵਾਈਜ਼ ਹਾਂ ਆਬਜ਼ਰਵ ਕਰਦਾ ਕਹਿ ਲਓ ਕੀ ਬਾਤ ਇੱਕ ਐਕਟਰ ਦੀ ਅਸਲੀ ਪਹਿਚਾਣ ਕੀ ਆਬਜ਼ਰਵ ਕਰਦਾ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਭਾਜੀ ਅੱਜ ਵੈਸੇ ਤਾਂ ਮੈਨੂੰ ਮੇਰੇ ਘਰਦਿਆਂ ਨੇ ਬੁਲਾਉਣਾ ਬੰਦ ਕੀਤਾ ਤੁਸੀਂ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ ਇਟਸ ਬਿਗ ਥਿੰਕ ਕੀ ਕਹਿੰਦੇ ਹੁੰਦੇ ਕਿ ਪੋਜ਼ਿਟਿਵਿਟੀ ਬਹੁਤ ਅੱਛੇ ਤੇਰੇ ਚੱਕਰ 'ਚ ਮੇਰਾ ਵੀਜ਼ਾ ਨਹੀਂ ਲੱਗਣ ਡਿਆ ਬਸ ਆਈਲੈਟਸ ਵਾਲੇ ਨਹੀਂ ਲੈਣ ਡੇ ਮੈਨੂੰ ਕਹਿੰਦੇ ਤੂੰ ਤਾਂ ਸ਼ੁਰੂ ਤੋਂ ਗਲਤ ਹੈ ਸਰ ਗਈ ਲੈਟਸ ਵਾਲਿਆਂ ਕੋਲ ਚਲੇਗਾ ਤੇ ਜਿੱਥੇ ਗਈ ਹੈ ਲੈਟ ਉੱਥੇ ਲੈਣ ਕੀ ਜਾਣਾ ਮੈਨੂੰ ਇਹ ਦੱਸ ਚੁੱਪ ਕਰ ਜਾ ਭਾਜੀ ਬਸ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਸਾਡੇ ਸਾਰਿਆਂ ਵੱਲੋਂ ਦਿਲੋਂ ਥੈਂਕ ਯੂ ਬਹੁਤ ਜ਼ਿਆਦਾ ਦਿਲੋਂ ਦੁਆਵਾਂ ਕਿ ਛੜਾ ਮੂਵੀ ਹੈ ਜਿਹੜੀ ਜਿੱਦਾਂ ਐਜ਼ ਯੂਜ਼ੂਅਲ ਤੁਹਾਡੀਆਂ ਮੂਵੀਜ਼ ਹਿੱਟ ਰਹਿੰਦੀਆਂ ਨੇ ਇਹ ਵੀ ਸੁਪਰ ਡੂਪਰ ਹਿੱਟ ਰਵੇ ਤੇ ਮਜ਼ਾ ਆ ਜੇ ਕਿਉਂਕਿ ਸਾਨੂੰ ਪਤਾ ਹੈ ਕਿ ਸ਼ਰਾਰਤੀ ਇਸ ਵਾਰੀ ਦੋਨੋਂ ਜਣੇ ਹੈਗੇ ਨੇ ਸੋ ਥੈਂਕ ਯੂ ਸੋ ਮਚ ਭਾਜੀ ਸੋ ਭਾਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਸ ਪੰਜਾਬੀ ਇੰਡੀਆ 'ਚ ਹੀ ਨਹੀਂ ਪੂਰੇ ਵਰਲਡ 'ਚ ਯੂ ਐੱਸ ਏ ਵੀ ਸਭ ਜਗ੍ਹਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਤੁਹਾਡੀ ਬਹੁਤ ਹੀ ਵਧੀਆ ਵਿਊਵਰਸ਼ਿਪ ਹੈ ਥੈਂਕ ਯੂ ਤੁਹਾਡੇ ਸਾਰੇ ਦੇਖਣ ਵਾਲਿਆਂ ਦਾ ਅਤੇ ਪਲੀਜ਼ 21 ਤਰੀਕ ਨੂੰ ਤੁਸੀਂ ਜਾ ਕੇ ਸਾਡੀ ਫਿਲਮ ਦੇਖ ਕੇ ਆਇਓ ਫੈਮਿਲੀ ਫਿਲਮ ਹੈ ਅਤੇ ਤੁਸੀਂ ਜਾਓਗੇ ਦੇਖਣ ਇੰਜੋਏ ਕਰੋਗੇ ਜਿਨ੍ਹਾਂ ਨੇ ਸਾਡੀ ਕੈਮਿਸਟਰੀ ਪਹਿਲਾਂ ਦੇਖੀ ਹੈ ਉਹ ਤਾਂ 100% ਇੰਜੋਏ ਕਰਨਗੇ ਅਤੇ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਹੋਰ ਵੀ ਜ਼ਿਆਦਾ ਮਜ਼ਾ ਆਊਗਾ ਅਤੇ ਤੁਸੀਂ ਪਲੀਜ਼ ਦੇਖ ਕੇ ਆਇਓ ਐਂਡ ਤੁਹਾਡਾ ਸਪੈਸ਼ਲੀ ਮੈਂ ਕਹਿਣਾ ਚਾਹੂੰਗਾ ਤੁਹਾਡੇ ਤਿੰਨਾਂ ਦਾ ਐਕਟ ਬਹੁਤ ਵਧੀਆ ਸੀ ਥੈਂਕ ਯੂ ਸੋ ਮਚ ਭਾਜੀ ਅਤੇ ਕਈ ਤਾਂ ਸਿਰਫ ਉੱਦਾਂ ਕੀ ਕਹਿੰਦੇ ਹੁੰਦੇ ਸਿਰਫ ਇੰਟਰਵਿਊ ਲੈਂਦੇ ਕਈ ਵਾਰੀ ਬੰਦਾ ਬੋਰ ਵੀ ਹੋ ਜਾਂਦਾ ਬਟ ਐਕਚੁਅਲੀ ਮੈਂ ਰੀਅਲ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਆਰਟ ਆ ਜਿਹੜੀ ਤੁਹਾਡੀ ਕਲਾ ਮੈਂ ਬਹੁਤ ਇੰਜੋਏ ਕੀਤੀ ਕਿ ਜੂਨੂ ਆ ਫਿਲਮ ਰਿਲੀਜ਼ ਹੋ ਰਹੀ ਹੈ ਛੜਾ ਜ਼ਰੂਰ ਜਾ ਕੇ ਦੇਖਿਓ ਥੈਂਕ ਯੂ ਸੁਣ ਲਿਆ ਬੋਲੀ ਬਾਦ ਮੈਂ ਸਿਰਫ ਮੈਂ ਇੱਕ ਤੂੰ ਤਾਂ ਪੁੱਤਰ ਕਲੇਸ਼ ਪਾ ਜਿੱਦਾਂ ਤੇਰਾ ਮੂੰਹ ਤੋਂ ਬੋਲੀ ਪਾਣੀ ਤੇ ਚਲੋ ਮਰਜੀ ਤੇ ਸਰ ਘਰ ਅੱਗੇ ਬੜਾ ਪਿਆ ਹੋਇਆ ਸਰ ਚੱਲ 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 ਬਾਰੀ ਬਰਸੀ ਕਰਨ ਕੇ ਸੀ ਬਾਰੀ ਬਰਸੀ ਕਰਨ ਕੇ ਸੀ ਖੱਟ ਕੇ ਲਿਆਂਦਾ ਕੜਾ ਬਾਰੀ ਬਰਸੀ ਕਰਨ ਕੇ ਸੀ ਬਾਰੀ ਬਰਸੀ ਕਰਨ ਕੇ ਸੀ ਖੱਟ ਕੇ ਲਿਆਂਦਾ ਕੜਾ 21 ਜੂਨ ਨੂੰ ਸਾਰੇ ਜਾਣੇ ਦੇਖਣ ਜਾਇਓ ਛੜਾ 21 ਜੂਨ ਨੂੰ ਸਾਰੇ ਜਾਣੇ ਦੇਖਣ ਜਾਇਓ ਛੜਾ ਚਲੋ ਸਿਮਰ ਦੀ ਬੋਰੀ ਨੱਚ ਵੀ ਆਪਾਂ ਨਿਕਲੀਏ ਸੌਰੀ ਭਾਜੀ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਚੱਲਦਾ ਸੌਰੀ ਸੌਰੀ ਗਾਇਸ ਚਲ ਬਸ